दिड़बा शहर दे विच दिड़बा दे SHO ने पुलिस पार्टी नाल लेके दुकाना ते रेड करके चाइना डोर बरामद की थी। दस दिए कि पंजाब अंदर चाइना डोर दे मामले अक्सर ही सामने आंदे रहंदे हन। बहुत सारे लोकां नूं तां अपनी जान तक गवानी पई है। इसे नूं वेखदे हुए हुण पुलिस प्रशासन भी सख्त रुख अपना रहा है। अज दिड़बा शहर अंदर दिड़बा दे SHO संदीप सिंह ने पुलिस पार्टी नूं नाल लेके दुकाना ते रेड करके चाइना डोर बरामद कीती। इस मौके पत्रकारां नाल गल्लबात करदिआं SHO दिड़बा ने कहा कि SSP सुरेंद्र लांबा दे निर्देशां नूं वेखदे हुए इह कारवाई कीती जा रही है। उन्हां ने कहा कि शहर अंदर कोई भी चाइना डोर वेचण वाला बख्शिया नहीं जावेगा। इस मौके चाइना डोर वेचन वाले उक्त दुकानदारा ने भी खुद मनिया कि असि पिछले एक महीने तो चाइना डोर वेच रहे हन ते हुन उना नु पछतावा है। ਇਹਦੀ ਕੀ ਮੁਹਿੰਮ ਚੱਲ ਰਹੀ ਹੈਗੀ ਹੈ, ਕੀ ਕੁਝ ਬਰਾਮਦ ਕੀਤਾ ਗਿਆ ਹੈਗਾ? ਮਾਨਯੋਗ DGP ਸਾਹਿਬ ਦੇ ਹਦਾਇਤਾਂ ਅਨੁਸਾਰ ਇੱਥੇ ਸਾਡੇ ਮਾਨਯੋਗ SSP ਸਾਹਿਬ ਸੁਰਿੰਦਰ ਕੁਮਾਰ ਲਾਂਬਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਅਸੀਂ ਦੁਕਾਨਾਂ ਦਾ ਸਰਚ ਅਭਿਆਨ ਚਲਾਇਆ ਹੋਇਆ ਸੀ ਚਾਈਨਾ ਡੋਰ ਦੇ ਰਿਲੇਟਡ। ਅਤੇ ਅੱਜ ਅਸੀਂ ਸੀਕਰਟ ਇਨਫੋਰਮੇਸ਼ਨ 'ਤੇ 2 ਦੁਕਾਨਾਂ 'ਤੇ ਰੇਡ ਕੀਤੀ ਗਈ ਅਤੇ ਸਾਨੂੰ ਚਾਈਨਾ ਡੋਰ, ਕਾਫੀ ਚਾਈਨਾ ਡੋਰ ਮਿਲੀ। 15-20 ਗੱਟੇ ਨੇ ਜਿਹੜੇ ਚਾਈਨਾ ਡੋਰ ਮਿਲੇ ਹੈਗੇ ਜੀ? ਹਾਂਜੀ ਹਾਂ, ਮਿਲੇ ਨੇ। ਇਹਨਾਂ ਨੇ ਅਸਲ 'ਚ ਪਹਿਲਾਂ ਗਾਹਕ ਤੋਂ ਪੈਸੇ ਲੈ ਲੈਂਦੇ ਸੀ ਅਤੇ ਬਾਅਦ 'ਚ ਉਹਨਾਂ ਨੂੰ ਟਾਈਮ ਦਿੰਦੇ ਸੀ, ਘੰਟਾ ਡੇਢ ਘੰਟੇ ਬਾਅਦ ਇਹ ਉਹਨਾਂ ਨੂੰ ਪ੍ਰੋਵਾਈਡ ਕਰਾਉਂਦੇ ਸੀ। ਇਹਨਾਂ ਨੇ ਉੱਪਰ ਆਪਦੀ ਮੈਂਪਟੀ ਸੀ, ਜਿਹੜੀ ਮੈਂਪਟੀ ਦੇ ਉੱਪਰ ਲੁਕੋਏ ਹੋਏ ਸੀ, ਪਾਣੀ ਦੀ ਟੈਂਕੀ ਸੀ ਉਹਦੇ ਉੱਤੇ ਵਿੱਚ ਲੁਕੋਏ ਹੋਏ ਸੀ। ਬਾਜ਼ਾਰ ਦੇ ਵਿੱਚ ਦੁਕਾਨਾਂ ਜੀ ਮੇਨ? ਹਾਂਜੀ ਹਾਂ, ਇਹ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਤੇ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਊਗਾ। ਹੋਰ ਵੀ ਜਿਹੜੇ ਲੋਕ ਨੇ ਜੀ ਉਹਨਾਂ ਦੇ ਉੱਪਰ ਵੀ ਜਿਹੜੇ ਰੇਡਾਂ ਕੀਤੀ ਜਾਣਗੇ? ਹਾਂਜੀ ਹਾਂ, ਸਾਰਿਆਂ ਜਿਹੜੇ ਆਪਣੇ ਏਰੀਏ ਦੇ ਥਾਣੇ ਦੇ ਅੰਦਰ ਜੋ ਵੀ ਹੈਗੀਆਂ ਦੁਕਾਨਾਂ ਜਿੱਥੇ ਵੀ ਇਹੋ ਜਿਹੀਆਂ ਡੋਰਾਂ ਮਿਲਦੀਆਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣਗੀ। ਹਾਂਜੀ, ਕੀ ਨਾਮ ਹੈ ਜੀ? ਰਿੰਕੂ ਕੁਮਾਰੀ। ਰਿੰਕੂ ਜੀ, ਜਿਹੜੀ ਤੁਸੀਂ ਚਾਈਨਾ ਡੋਰ ਵੇਚਦੇ ਹੋ, ਕਿੰਨੇ ਕੁ ਟਾਈਮ ਸਮੇਂ ਤੋਂ ਵੇਚ ਰਹੇ ਹੋ ਜੀ? ਸਰ 1 ਮਹੀਨੇ ਤੋਂ ਸਰ। ਕਿੰਨੀ ਕੁ ਵੇਚਤੀ ਹੁਣ ਤੱਕ? ਪਰ ਕਿਹੜੀ ਵੀ ਇੱਕ ਗੱਟੂ 2 ਗੱਟੂ ਡੇਲੀ ਦੇ ਲਾਉਂਦੇ, ਕਦੇ ਕਦੇ ਨਹੀਂ ਵੀ ਵਿਕਦੇ ਸਰ, ਕਦੇ ਕਦੇ ਵਿਕਦੇ। ਇੱਕ ਦਾ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਦੇ ਹੋ ਤੁਸੀਂ, ਬੱਚਿਆਂ ਦਾ ਜਿਹੜਾ ਬਹੁਤ ਨੁਕਸਾਨ ਹੁੰਦਾ ਹੈ, ਇਹ ਤੁਸੀਂ ਕਿਵੇਂ ਦੇਖਦੇ ਹੋ? ਸਰ ਮੈਂ ਸਮਝਿਆ ਸਾਰੀ ਗੱਲ, ਸਾਨੂੰ ਤਾਂ ਅੱਗੇ ਤੋਂ ਇਸ ਤਰ੍ਹਾਂ ਦੇ ਨਹੀਂ ਸਰ, 1% ਵੀ ਨਹੀਂ ਸਰ।